ਹਾਂਜੀ ਵੀਰੇ, ਕੀ ਨਾਮ ਹੈ? ਪ੍ਰੇਮਚੰਦ ਭਾਜੀ, ਬੂਟੇ ਵੱਡੇ ਆ, ਕਿਉਂ ਵੱਡੇ ਗਏ ਹੋ? ਬੂਟੇ ਡਿਗੇ ਦੇ ਹੀ, ਮੈਂ ਲੰਘਣ ਡਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦੇ ਹਾਂ ਹੋਲੀ ਨੂੰ। ਉਹ ਇਕੱਠੇ ਕੀਤੇ ਵੱਡੇ ਦੋ ਬੂਟੇ, ਹਾਂਜੀ ਥੱਲੇ ਡਿਗੇ ਜੀ। ਕਿੱਥੋਂ ਵੱਡੇ ਆ? ਨਹਿਰ ਨਹੀਂ, ਤੁਹਾਨੂੰ ਪਤਾ ਨਾ, ਜੰਗਲਾਤ ਦੇ ਬੂਟੇ ਸੀ। ਮੈਂ ਤਾਂ ਪਤਾ ਜੰਗਲਾਤ ਦੇ, ਮੈਨੂੰ ਕੀ ਪਤਾ ਇਸ ਗੱਲ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ। ਮੈਂ ਅਨਪੜ੍ਹ ਬੰਦਾ ਤੇ ਹਰ ਸਾਲ ਹੋਲੀਆਂ ਲੰਗਰ ਲਾਈਦਾ, ਸੇਵਾ ਕਰੀ ਜੀ। ਤੇ ਉਹ ਜਿਹੜੇ ਬੂਟੇ ਵੱਡੇ ਆ, ਉਹ ਫਿਰ ਕਿੱਥੇ, ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਚਰਾਉਣ ਵਾਸਤੇ? ਹਾਂਜੀ, ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਢਣ ਨੂੰ ਕਿਹਾ ਸੀ ਕਿ? ਕਿਸੇ ਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ। ਪਹਿਲਾਂ ਵੀ ਬੂਟੇ ਵੱਡੇ ਕਦੀ ਉੱਥੋਂ? ਨਹੀਂ, ਹੋਰ ਵੀ ਲੋਕ ਵੱਢਦੇ ਰਹੇ ਉੱਥੋਂ। ਹੋਰ ਕੀ ਪਤਾ, ਹੁਣ ਕਿਸੇ ਦਾ ਕੀ ਪਤਾ, ਮੈਂ ਥੋੜ੍ਹਾ ਕੋਈ ਰਾਤ ਦਾ ਕੋਈ ਚੌਂਕੀ ਥੋੜ੍ਹਾ ਲੈਦਾ ਵੀ, ਮਤਲਬ ਕੋਈ ਵੱਢਣ ਡਿਆ ਕਿ ਨਹੀਂ ਵੱਢਣ ਡਿਆ। ਤੁਸੀਂ ਕਿਸ ਤਰ੍ਹਾਂ ਵੱਢੇ? ਵੱਡੇ ਨੇ ਥੱਲੇ ਡਿੱਗੇ ਪਏ ਆ, ਵੱਡੇ ਨੂੰ ਹਾਂਜੀ ਥੱਲੋਂ ਡਿੱਗੇ ਦੇ, ਉਹ ਚੁੱਕ ਕੇ ਤੁਸੀਂ ਲੈ ਕੇ ਆਏ? ਹਾਂਜੀ ਹਾਂਜੀ। ਤੇ ਕਦ ਲਈ ਲੈ ਕੇ? ਲੰਗਰ ਲਈ, ਹਰ ਸਾਲ ਲੱਗਦਾ ਹੋਲੀਆਂ ਲੰਗਰ। ਇੱਥੇ ਪਹਿਲੇ ਵੀ ਕਈ ਵਾਰੀ ਬੂਟੇ ਵਢਾਉਂਦੇ ਰਹੇ, ਜਿੱਥੋਂ ਤੁਸੀਂ ਕਹਿੰਦੇ ਚੁੱਕਿਆ, ਮੈਂ ਟੁੱਟੇ ਦਾ ਬੂਟਾ ਚੁੱਕਿਆ, ਨਹੀਂ ਪਤਾ ਕੋਈ। ਉਹਦੇ ਕੋਈ ਜਾਣਕਾਰੀ ਨਹੀਂ। ਤੁਸੀਂ ਕਿੱਥੇ ਰਹਿਣਗੇ? ਤਰਮਾਈ ਕਹਿੰਦੇ ਨੇ। ਤੇ ਬੂਟੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ? ਆਲੇ ਦੇ ਨੇ। ਠੀਕ, ਇਹ ਜਿਹੜੇ ਰੁੱਖ ਵੱਡੇ, ਕਿੱਥੋਂ ਵੱਡੇ, ਇਹਦੇ ਕੀ ਕਾਰਵਾਈ ਕੀਤੀ ਗਈ ਆ? ਇਹ ਰੁੱਖ ਸਰ ਨਾਨੋ ਨੰਗਲ ਬੀਟ ਸਾਡੀ, ਉਹਦੇ ਵਿੱਚ UBDC RD ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸਿਓਂ ਵੱਢੇ ਗਏ ਸੀ। ਇਹ ਪਿੰਡ ਧਮਰਾਈ ਦੇ ਦੋਸ਼ੀ ਹਨ, ਜਿਨ੍ਹਾਂ ਨੇ ਕੋਈ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਢੇ ਨੇ। ਕੀ ਕਾਰਵਾਈ ਕੀਤੀ ਗਈ ਇਸ ਲਈ? ਸਰ ਜੋ ਰੂਲ ਅਨੁਸਾਰ ਬਣਦੀ ਕਾਰਵਾਈ, ਡੈਮੇਜ ਰਿਪੋਰਟ ਇਹਨਾਂ ਦੀ ਚਾਰਜ ਕੀਤੀ ਗਈ ਹੈ, ਅਤੇ ਜਿਹੜੀ ਰਿਪੋਰਟ ਹੈ ਉੱਚ ਅਧਿਕਾਰੀਆਂ ਕੋਲ ਭੇਜੀ ਗਈ, ਅਗਲੀ ਕਾਰਵਾਈ ਉਹਨਾਂ ਨੇ ਕੀਤੀ ਹੈ। ਮਾਮਲਾ ਦਰਜ ਕਰਤਾ ਉਹਨਾਂ ਨੇ? ਮਾਮਲਾ ਦਰਜ ਕਰ ਦਿੱਤਾ ਗਿਆ ਜੀ। ਅਤੇ ਕੀ ਕਾਰਨ ਹੈ 3 ਦਿਨ ਤੁਸੀਂ ਫੋਨ ਨਹੀਂ ਚੁੱਕਿਆ? ਕੀ ਕਾਰਨ ਹੈ? ਐਡੀ ਖਾਸ ਗੱਲ ਹੋ ਗਈ ਵੀ ਗਾਰਡ ਸਾਹਿਬ ਨੇ ਬਿਜੀ ਵੀ 3 ਦਿਨ ਫੋਨ, ਤੁਹਾਡਾ DF ਫੋਨ ਚੁੱਕਦਾ, ਰੇਂਜਰ ਫੋਨ ਚੁੱਕਦਾ, ਤੁਹਾਡਾ ਮੰਤਰੀ ਫੋਨ ਚੁੱਕ ਲੈਂਦਾ, ਅਤੇ ਗਾਰਡ ਸਾਹਿਬ ਨੇ ਬਿਜੀ ਵੀ ਫੋਨ ਚੁੱਕਦੇ? ਮੈਂ ਸਰ, ਮੇਰੇ ਕੋਲ ਬੀਟਾਂ 3 ਮਤਲਬ ਮੰਤਰੀ ਦਾ ਜ਼ਿਆਦਾ ਕੰਮ ਤੁਹਾਡੇ ਕੋਲ? ਹਾਂਜੀ ਜ਼ਿਆਦਾ ਜੀ, ਮੰਤਰੀ ਦਾ ਜ਼ਿਆਦਾ ਕੰਮ ਤੁਹਾਡਾ। ਠੀਕ ਆ ਜੀ। ਹਾਂਜੀ ਵੀਰੇ, ਕੀ ਨਾਮ ਹੈ? ਪ੍ਰੇਮਚੰਦ ਭਾਜੀ, ਬੂਟੇ ਵੱਡੇ ਆ, ਕਿਉਂ ਵੱਡੇ ਗਏ ਹੋ? ਬੂਟੇ ਡਿਗੇ ਦੇ ਹੀ, ਮੈਂ ਲੰਘਣ ਡਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦੇ ਹਾਂ ਹੋਲੀ ਨੂੰ। ਉਹ ਇਕੱਠੇ ਕੀਤੇ ਵੱਡੇ ਦੋ ਬੂਟੇ, ਹਾਂਜੀ ਥੱਲੇ ਡਿਗੇ ਜੀ। ਕਿੱਥੋਂ ਵੱਡੇ ਆ? ਨਹਿਰ ਨਹੀਂ, ਤੁਹਾਨੂੰ ਪਤਾ ਨਾ, ਜੰਗਲਾਤ ਦੇ ਬੂਟੇ ਸੀ। ਮੈਂ ਤਾਂ ਪਤਾ ਜੰਗਲਾਤ ਦੇ, ਮੈਨੂੰ ਕੀ ਪਤਾ ਇਸ ਗੱਲ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ। ਮੈਂ ਅਨਪੜ੍ਹ ਬੰਦਾ ਤੇ ਹਰ ਸਾਲ ਹੋਲੀਆਂ ਲੰਗਰ ਲਾਈਦਾ, ਸੇਵਾ ਕਰੀ ਜੀ। ਤੇ ਉਹ ਜਿਹੜੇ ਬੂਟੇ ਵੱਡੇ ਆ, ਉਹ ਫਿਰ ਕਿੱਥੇ, ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਚਰਾਉਣ ਵਾਸਤੇ? ਹਾਂਜੀ, ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਢਣ ਨੂੰ ਕਿਹਾ ਸੀ ਕਿ? ਕਿਸੇ ਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ। ਪਹਿਲਾਂ ਵੀ ਬੂਟੇ ਵੱਢੇ ਕਦੀ ਉੱਥੋਂ? ਨਹੀਂ, ਹੋਰ ਵੀ ਲੋਕ ਵੱਢਦੇ ਰਹੇ ਉੱਥੋਂ। ਹੋਰ ਕੀ ਪਤਾ, ਹੁਣ ਕਿਸੇ ਦਾ ਕੀ ਪਤਾ, ਮੈਂ ਥੋੜ੍ਹਾ ਕੋਈ ਰਾਤ ਦਾ ਕੋਈ ਚੌਂਕੀ ਥੋੜ੍ਹਾ ਲੈਦਾ ਵੀ, ਮਤਲਬ ਕੋਈ ਵੱਢਣ ਡਿਆ ਕਿ ਨਹੀਂ ਵੱਢਣ ਡਿਆ। ਤੁਸੀਂ ਕਿਸ ਤਰ੍ਹਾਂ ਵੱਢੇ? ਵੱਡੇ ਨੇ ਥੱਲੇ ਡਿੱਗੇ ਪਏ ਆ, ਵੱਡੇ ਨੂੰ ਹਾਂਜੀ ਥੱਲੋਂ ਡਿੱਗੇ ਦੇ, ਉਹ ਚੁੱਕ ਕੇ ਤੁਸੀਂ ਲੈ ਕੇ ਆਏ? ਹਾਂਜੀ ਹਾਂਜੀ। ਤੇ ਕਦ ਲਈ ਲੈ ਕੇ? ਲੰਗਰ ਲਈ, ਹਰ ਸਾਲ ਲੱਗਦਾ ਹੋਲੀਆਂ ਲੰਗਰ। ਇੱਥੇ ਪਹਿਲੇ ਵੀ ਕਈ ਵਾਰੀ ਬੂਟੇ ਵਢਾਉਂਦੇ ਰਹੇ, ਜਿੱਥੋਂ ਤੁਸੀਂ ਕਹਿੰਦੇ ਚੁੱਕਿਆ, ਮੈਂ ਟੁੱਟੇ ਦਾ ਬੂਟਾ ਚੁੱਕਿਆ, ਨਹੀਂ ਪਤਾ ਕੋਈ। ਉਹਦੇ ਕੋਈ ਜਾਣਕਾਰੀ? ਤੁਸੀਂ ਕਿੱਥੇ ਰਹਿਣਗੇ? ਤਰਮਾਈ ਕਹਿੰਦੇ। ਤੇ ਬੂਟੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ? ਆਲੇ ਦੇ ਨੇ। ਠੀਕ।